चेक करवा कुर्सी का की रेट शेट सेट दा रेट पता मैं कर लेना वा जी फड़ो लहाओ लहाओ तेन मैं मदद हेलो किदी बहना कुर्सी बह लाते बिलकुल पैसे किने लेने हेलो बहना नी भाई बहना नी गा गल पैसा बहना नी गल कुर्सियां खरीद बड़ी एदा चेक हेलो भाई किधर जान लिया तेन तो बह नहीं देने मेरे भन दे तू सारी भैन दे पैसे मांग इस्लामाबाद मंगाई दी गड्डी आंदी खुला अपना कारोबार पैसे किन्ने लैने पैसे वेख लो तुम कर लो हेलो यार मैं पैसे नहीं लाए बवा ना और मैं तो पैसे ला फिर मैं बह जाना नहीं कर लो नहीं सौदा तो बाद सुकून नहीं यार भाई हेलो बहना नी गा यार बहना नी गा भाई भंगना वा अपना खाना खुना रखनी मेहमान आवे पानी पूनी नी गद्दा बिछा के तुझे पैन की तैयारी कर रहे तेन मन लागे ना लगन मैं जी बह गया तेन पैसे कोई दे थोड़े जे अपना दोस्तों होना तुम बहन ना टाइम वेख लो पूरा कर लो एक मिनट खलो यार भाई टाइम वेख लैन दे किधर बहन दे तेन हाथ दे परे घर ठीक है भी
ਭਾਈ 10 ਸਕਿੰਟ ਨਹੀਂ ਬਹਿ ਸਕਦੇ ਆਪਣੇ ਦੋ ਦੋ ਤਿੰਨ ਸਾਰੇ ਕੋਠਿਆਂ ਦੇ ਸਕਦੇ ਹਾਂ, 100 ਰੁਪਏ ਜੇ ਕੁਛ ਹੋ ਸਕਦਾ। ਖੁਦਾ ਦੇ ਆ ਬੰਦਿਆ, ਇਹ ਤੇ ਸਾਰੀ ਜ਼ਿੰਦਗੀ ਵਾਸਤੇ 100 ਰੁਪਏ ਦੀ ਬਣ ਜਾਣੀ ਮੇਰੀ, ਤੇ ਤੂੰ ਮੈਨੂੰ ਸਿਰਫ 2 ਸਕਿੰਟ ਪਾਉਣ ਡਿਆ। ਇਹ ਸਾਰੀ ਜ਼ਿੰਦਗੀ 100 ਰੁਪਏ ਦੀ ਕੁਰਸੀ ਬਣਾਉਣੀ, ਤੂੰ ਕੋਠੀ ਬਣਾਈ ਦੇ ਉਹਦੇ ਉੱਤੇ ਬਹਿਣਾ ਤੂੰ। ਆ 100 ਰੁਪਇਆ ਦੇਣ ਹੋ ਰਿਹਾ ਮੇਰਾ, ਕੁਰਸੀਆਂ ਤੇ ਕਿੰਨੇ ਪੈਸੇ ਲੈਣੇ ਆ? ਕਰ ਲਓ ਵੇਖ ਲਓ, ਕਿਆ ਕਰ ਲਓ। ਹੈਲੋ, ਬਹਿ ਕੇ ਨੀ ਭਾਈ, ਬਹਿ ਕੇ ਨੀ, ਓਦਾਂ ਚੈੱਕ ਕਰ ਓਦਾਂ ਕਿੱਦਾਂ ਚੈੱਕ ਕਰਨਾ? ਖਦਾ ਰਿਹਾ ਬੰਦਾ ਰੰਗ। ਆ ਵੇਖੋ, ਖੜਕਾ ਕੇ ਚੈੱਕ ਕਰੋ, ਪਲਾਸਟਿਕ ਦੀ ਆਵਾਜ਼ ਆ ਰਹੀ। ਆ ਕਿੱਦਾਂ ਨੂੰ ਲਾਈ ਜਾਣ ਆ? ਤੈਨੂੰ ਤੇ ਮੈਂ ਕਹਿਣਾ ਵੀ ਓਦਾਂ ਵੇਖ ਲਾ, ਤੂੰ ਛਾਪਰ ਹੀ ਲਾਈ ਜਾਣ ਆ, ਪੋਸ਼ਿੰਗ ਖਰਾਬ ਕਰਨ ਦਾ। ਰੰਗ ਚੈੱਕ ਕਰਨ ਦੇਣ ਡਿਆ ਨਾ ਤੂੰ, ਉੱਤੇ ਬਹਿਣ ਦੇਣ ਡਿਆ ਵਾ ਤੂੰ? ਇਹ ਮੈਨੂੰ ਦੱਸ ਵੀ ਹੈ ਕਿ ਚੁੱਭਦੀਆਂ ਕਿਹੜੀਆਂ ਬਹਿਣ ਨੀ ਦੇਣ ਡਿਆ? ਨਹੀਂ, ਉੱਤੇ ਵੀ ਬਹਿਣ ਨੀ ਦੇਣਾ, ਪਿੱਛੇ ਵੀ ਇੱਕ ਜਗ੍ਹਾ ਸੌਦਾ ਮੇਰਾ ਇੱਦਾਂ ਖਰਾਬ ਹੋਇਆ, ਉਹ ਬਥੇਰੀ ਕੋਸ਼ਿਸ਼ ਕਰਦੇ। ਕਿੰਨੇ ਪੈਸੇ ਲੈਣੇ? ਆਪਣੇ ਵੱਡੇ ਭਰਾ ਨੂੰ ਬਿਠਾ ਕੇ। ਅੱਛਾ, ਪੈਸੇ ਕਿੰਨੇ ਲੈਣੇ? ਬਹਿਣ ਨੀ ਦੇਣਾ, ਉੱਥੇ ਸੌਦਾ ਨਹੀਂ ਹੋਇਆ ਸਾਡਾ। ਮੈਨੂੰ ਲੱਗਣ ਲਿਆ ਕਿ ਮੈਂ ਸਵੇਰ ਦਾ 8 ਵਜੇ ਸੈੱਟ ਲੈ ਕੇ ਫਿਰਨੇ ਆ। ਕਿੰਨੇ ਪੈਸੇ ਲੈਣੇ? ਸੈੱਟ ਹੀ ਨਹੀਂ ਵਿਖਣਾ ਅੱਜ। ਓਏ, ਸੈੱਟ ਤੂੰ ਵੇਚਣਾ? ਮੈਂ ਦੇ ਕੇ ਜਾਣਾ ਵਾ ਇੱਥੇ। ਕਿੰਨੇ ਪੈਸੇ ਲੈਣੇ? ਕਿੰਨੇ ਪੈਸੇ ਲੈਣੇ? 8500 ਰੁਪਇਆ ਤੁਸੀਂ ਵੇਖ ਲਓ, ਆਵੇ ਲੋ ਸ਼ਾਇਦ ਚੰਗੀ ਆ ਵੈਸੇ ਉਦਾਂ। ਹੈਲੋ, ਕਿੱਧਰ ਤੂੰ ਕਿੱਦਾਂ ਨੂੰ ਲਿਆ ਬੰਦਾ? ਹੁਣ ਸੌਦਾ ਹੋ ਜਾਣਾ, ਮੈਨੂੰ ਪਤਾ ਲੱਗ ਗਿਆ ਵੀ ਇਹ ਵਜ੍ਹਾ। ਸੌਦਾ ਪੈਸੇ ਨੀ ਤੈਨੂੰ ਦੱਸਿਆ ਤੇ ਸੌਦਾ ਕਿੱਥੋਂ ਹੋ ਜਾਣਾ? 8500 ਰੁਪਇਆ ਕਹਿਣ ਡਿਆ। 8500 ਰੁਪਇਆ? ਹਾਂਜੀ, 8500 ਰੁਪਇਆ ਵਾ। 4 ਕੁਰਸੀਆਂ ਵਾ, ਇੱਕ ਤੁਹਾਨੂੰ ਟੇਬਲ ਦੇ ਦਿਆਂਗੇ ਨਾਲ ਦੀ ਨਾਲ। 550 ਰੁਪਇਆ ਲੈ ਲਾ ਸੈੱਟ ਦਾ ਹੀ। 550 ਤੋਂ 250 ਦਾ ਆਉਂਦਾ, ਬੱਚਿਆਂ ਦਾ ਨੀ ਖਲੋਣ ਵਾਲਾ ਸੈੱਟ ਹੁੰਦਾ, ਐਂ ਲਾ ਕੇ ਨਿਆਣੇ ਖੇਲਦੇ ਹੁੰਦੇ ਰੱਖ ਕੇ ਥੱਲੇ, ਉਹ ਹੀ ਲੈ ਲਓ। ਮੈਂ ਤਾਂ ਕਹਿੰਦਾ ਸੈੱਟ ਬਹੁਤ ਆਲਾ ਵਾ, ਤੇ ਤੂੰ ਇਹਦੇ ਲੈ ਹਾਂ, ਮੇਰੇ ਕੋਲ ਪੈਸੇ ਹੁਣ 550 ਰੁਪਇਆ ਤੇ ਬਸ ਗੱਲ ਖਤਮ ਹੋ ਗਈ ਹੈ ਜੀ ਕਦੀ। ਹੈਲੋ, ਕਿੱਧਰ ਕੀ ਇੱਥੇ ਲੰਚ ਦਾ ਟਾਈਮ ਹੋਇਆ? ਸਿੱਧਾ ਹੋ ਗਿਆ ਤੂੰ ਤੇ ਇੱਦਾਂ ਨਿਆ, ਜਿੱਦਾਂ ਤੇਰੀ ਨਾਸ਼ਤਾ ਆਉਣ ਲੱਗਾ ਵਾ ਤੇ ਤੂੰ ਨਿਆ ਬੈਂਚ ਸਿੱਧਾ। ਚਲੋ, ਉਹ ਖਦਾ ਰਿਹਾ ਬੰਦਿਆ, ਪੈਸੇ ਲੈਣ ਦੇਣ ਵਾਲੀ ਗੱਲ ਕਰ। 8500 ਰੁਪਇਆ ਦੇ ਇਹਦੇ ਵਿੱਚ ਕੀ ਆ? ਇਹਦੇ ਵਿੱਚ ਕੀ ਬੰਦਾ ਬਵੇ ਵੀ ਨਾ ਤਾਂ ਨੀਂਦ ਆ ਜਾਂਦੀ ਹੈ, ਤੇ ਤੂੰ ਇਹ ਸ਼ਾਇਦ ਪੈਸੇ ਮੰਗਣੇ ਆ ਭਾਈ? ਅੱਛੀ ਸ਼ਾਇਦ ਤੁਹਾਨੂੰ ਅੱਗੇ ਹੀ ਦੱਸੀ ਆ ਗੱਲ। ਅੱਛਾ, ਕਿੰਨੇ ਪੈਸੇ ਲੈਣੇ ਹੁਣ ਉਹਨਾਂ ਨੇ ਮੰਗਲਾ? ਇਹ ਕੀ ਹੋਇਆ? ਉੱਠ ਤਾਂ, ਖੜਾ ਹੋ ਇੱਥੇ, ਖਲੋ, ਗੱਲ ਕਰ। ਮਿੰਟ ਚ ਦੇ ਲੈ ਆ ਬੰਦਿਆ, ਬਹਿ ਤੇ ਲੈਂਦੇ ਹੀ ਆ ਤੇ ਠੀਕ ਹੈ। ਇਹਦਾ ਮੈਂ ਫਫਾ ਬਹਿਣ ਤੇ ਨਾ ਦੇਣਾ ਨੀਗਾ, ਤੇ ਤੂੰ ਮਿੰਟ ਕ ਬਾਅਦ ਹੀ ਉੱਠ ਦੇ, ਉੱਤੇ ਡਿੱਗਦਾ ਆਣ ਐ ਢੇਰੀ ਹੁੰਦਾ ਜਿਵੇਂ ਮੱਖੀਆਂ ਜਲੇਬੀਆਂ ਨੂੰ ਆਉਂਦੇ। ਗੱਲ ਖੜੀ ਗਿਆ ਆਪਾਂ ਸਾਲ ਦੇ ਦਾ ਆ ਫੜਨਾ, ਆ ਪੈਸੇ ਫੜਨ ਉਧਲਾ ਉਥਲੇ ਫੜ ਯਾਰ। ਕਣਕ ਬੀਜ ਆ ਵਾ, ਕਿਦੋਂ ਕਣਕ ਲੱਥੀ ਨਾ, ਪਹਿਲਾਂ ਹੀ ਮੈਂ ਤੇਰੇ ਪੈਸੇ ਲਾ ਦੇਣੇ ਆ, ਉਸ ਤੋਂ ਬਾਅਦ ਤੇਰੀ ਮੇਰੀ ਗੱਲ। ਸਾਲ ਦਾ ਆਧਾਰ ਕਰਨਾ? ਸਾਲ ਦਾ ਆਧਾਰ ਕਰਨਾ ਚਾਹ ਰਹੀ ਹਾਂ। ਪਹਿਲਾਂ ਨੀ ਆਉਣ ਲੱਗੀ ਰਾਜੀ ਗੱਲ, ਸੀਜ਼ਨ ਤੋਂ ਪਹਿਲਾਂ ਕਿੱਦਾਂ ਆ ਜਾਣੀ ਆ? ਉਹ ਕਿਹੜਾ ਵੀ ਰੁੱਸ ਗਿਆ ਆ ਜਾਣੀ। ਚਲੋ ਕਰ ਲਓ ਫਿਰ ਆ ਜਾਓ, ਦੇਖ ਲਓ। ਆ 50 ਰੁਪਏ ਲੈਣੇ ਆ ਤੇ ਉਹ ਬਸ ਬਾਕੀ ਰਹਿ ਗਿਆ ਹੁਣ, ਉਹ ਤੈਨੂੰ ਕਰ। ਬਾਕੀ ਕਿੰਨੇ ਰਹਿ ਗਏ? ਬਾਕੀ ਕਿਹੜਾ ਰਹਿ ਗਿਆ? 500 ਰੁਪਇਆ ਰਹਿ ਗਿਆ। 500 ਤੇ ਆ 550 ਚ ਹੋਈ ਨਾ ਗੱਲ। ਹਾਂ, ਤੂੰ ਕਿੱਦਾਂ 500 ਰੁਪਇਆ ਰਹਿ ਗਿਆ ਹੁਣ? ਕਿੱਦਾਂ ਸੀਜ਼ਨ ਲੱਗ ਗਿਆ ਨਾ, ਹੋ ਗਿਆ ਆਪਣਾ ਹੈ ਗਾ ਕੇ ਘਰ ਲੈਂਦੀ ਤੇ ਤਲਾਕ ਨਾ। ਓ ਬਾ, ਉਹਨਾਂ ਪੈਸੇ ਦੇ ਤੇ ਤੈਨੂੰ ਮੈਂ ਪੈਸੇ ਲਾਏ, ਤੂੰ ਪੈਸੇ ਲਾਏ ਤੇ ਹੁਣ ਬਹਿਣ ਡਿਆ ਯਾਰ? ਬਹਿਣ ਤੇ ਦੇ, 2 ਮਿੰਟ ਕੀ ਗੱਲ ਤੇ ਕਰ ਲਈਏ ਕੋਈ, ਪਾਣੀ ਪੂਣੀ ਮੰਗਾ ਲਓ ਤੁਸੀਂ। ਕੋਈ ਪਾਣੀ ਤੈਨੂੰ ਮੰਗਾਵਾਂ? ਤੂੰ ਰਿਸ਼ਤੇਦਾਰ ਆ, ਪਾਣੀ ਤੈਨੂੰ ਪਿਆਵਾਂ ਤੇ ਆਰਾਮ ਦੇ ਨਾਲ ਚਲੋ ਜਾ। ਜਿੱਦਾਂ ਤੁਸੀਂ ਮੁੱਲ ਲੈ ਲਈਏ ਸਾਲ ਦੇ ਆਧਾਰ ਤੇ ਨਹੀਂ ਦਿੱਤੇ ਤੁਸੀਂ ਤੇ ਇਦਾਂ ਨੇ ਕੰਨ ਵੀ ਕਿਸ਼ਤਾਂ ਨਾਲ ਤੁਸੀਂ ਮੈਨੂੰ ਪਤਾ ਨੀ ਦੇਣੇ ਵੀ ਕਿ ਨਹੀਂ ਦੇਣੇ ਪੈਸੇ ਤੇਰੇ ਦੇਣੇ ਨੇ ਹੁਣ। ਯਾਰ ਇਸ ਤੋਂ ਪਰੇਸ਼ਾਨ ਨਾ ਕਰ, ਪਰੇ ਕਰ ਲੈ ਯਾਰ, ਥੋੜਾ ਪਰੇ ਨਹੀਂ ਹੋ ਰਿਹਾ ਤੇਰੇ ਤੋਂ? ਸ਼ਾਇਦ ਚੈੱਕ ਕਰ ਲਓ ਭਾਈ, ਕਿਸੇ ਕਿਸਮ ਦਾ ਨੁਕਸ ਬਸ ਚੈੱਕ ਚੈੱਕ ਕਰ। ਤੂੰ ਇਹਦੇ ਨਾਲ ਉਂਗਲੀ ਨਹੀਂ ਕਰਨੀ ਹੁਣ, ਸ਼ਾਇਦ ਪੈਸੇ ਦੇ ਤੇ ਹੁੰਦੇ ਆ, ਤੂੰ ਵੇਖ ਸਕਦੇ ਆ ਹਣ ਅਸਰ। ਓ ਯਾਰ ਜੀ, ਬੰਦਾ ਤੂੰ ਹੱਥ ਹੀ ਲਾ ਰਿਹਾ ਵਾ, ਮੈਨੂੰ ਦੱਸ ਇਸੇ ਤੋਂ ਲਾ। ਉਹ ਭਾਜੀ ਛੇ ਗਾਰੰਟੀ ਦੇ ਵਿੱਚ ਨਹੀਂ ਗਈ ਹੈਗੀ, ਮੈਂ ਕਹਿੰਦਾ ਨਹੀਂ ਜਿੰਨਾ ਚੱਲ ਜਾਣਾ ਵਾ ਤੇ ਮੈਨੂੰ 5 ਮਿੰਟ ਬਹਿ ਜਾ। ਕੋਈ ਰੋਲਾ ਨਹੀਂ, ਬਹਿ ਜਾ, 50 ਰੁਪਏ ਦੇ ਦੇ ਮੈਨੂੰ, ਕਿਹੜੇ 10 ਮਿੰਟ ਬਣ ਬਹਿਣਾ ਤੂੰ? ਯਾਰ ਵੀ 5 ਮਿੰਟ ਦਾ ਖਾਦੇ, 50 ਰੁਪਏ ਤੁਹਾਨੂੰ ਦੇ ਦਾਂ ਯਾਰ। ਤੂੰ ਬਹਿਣਾ ਲੈ ਲਈ ਹੈ, ਤੂੰ ਬਹਿਣਾ ਮੇਰੇ ਪੈਸੇ ਲੈਣ ਡਿਆ ਜੀ, ਬੰਦਾ ਫ੍ਰੀ ਹੋਈ ਆਇਓ ਇੱਧਰ ਲਿਆ ਪੈਸੇ, 50 ਰੁਪਏ ਤੇ ਬਹਿ ਜਾ 5 ਮਿੰਟ। ਉੱਠ ਤਾਂ ਯਾਰ ਤੂੰ ਜੀ ਬੰਦਾ, ਯਾਰ ਕੀ ਹੋਇਆ, ਮਿੰਟ ਬਾਅਦ ਹੀ ਖਾ ਦਿੰਦੇ ਤੁਸੀਂ। ਚਲੋ ਠੀਕ ਆ ਫਿਰ, ਆ ਗਿਆ ਬੰਦਾ ਤੇ ਸ਼ਾਇਦ ਸ਼ਾਇਦ ਕਰ ਲਓ ਕੇਕ ਨੂੰ ਲਿਆ। ਆ ਜਿਹੜੀ ਆ ਨਾ ਕੁਰਸੀ ਆ ਨਾ, ਆ ਜਾ ਓਏ ਜਾ ਖਦਾ ਦਿਆ ਬੰਦੇ, ਤੁਹਾਨੂੰ ਅਸਲ ਪੈਰ ਤੇ ਲਾਵੇ ਆ ਛਾਪਣ ਨਾ ਜਿਹੜਾ ਲੱਗਾ ਦੇ। ਓਏ ਛਾਪ ਦੇ ਨੂੰ ਜੋ ਕੁਛ ਵੀ ਆ, ਹੁਣ ਤੂੰ ਜਾ ਭਾਈ, ਹੁਣ ਗ੍ਰੈਂਡ ਵਾਪਸੀ ਹੈ ਨਹੀਂ ਕਿ ਮੈਂ ਤੁਹਾਨੂੰ ਦੱਸਾਂ ਆ ਮੈਂ ਕਿੰਨੀ ਵਾਰੀ ਚੈੱਕ ਕਰਾਤੀ ਆ ਸਮਾਨ। ਤੂੰ ਹੁਣ ਜਾਣਾ ਨਹੀਂ ਨਾ ਲੈ ਲੈ ਭਾਈ, ਹੁਣ ਤੂੰ ਆ ਜੀ ਉਹਦਾ ਤੇ ਤੈਨੂੰ ਆਪਾਂ। ਚਲੋ ਠੀਕ ਆ ਜੀ।
यार लगता मेनू टुटा दे गया वा जा के नु आए कुर्सियां कि गई